ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪਰਮ ਇਲੈਕਟ੍ਰੋਨਿਕ ਤੇ ਸੋ ਅੱਜ ਬਹੁਤ ਹੀ ਇੱਕ ਗੁੱਡ ਨਿਊਜ਼ ਤੁਹਾਡੇ ਲਈ ਲੈ ਕੇ ਆ ਰਿਹਾ ਖਾਸ ਕਰਕੇ ਉਹਨਾਂ ਕੈਂਡੀਡੇਟ ਲਈ ਜੋ ਪ੍ਰਾਇਮਰੀ ਟੀਚਰ ਲਈ ਅਪਲਾਈ ਕਰਦੇ ਨੇ ਗਵਰਨਮੈਂਟ ਪ੍ਰਾਇਮਰੀ ਟੀਚਰ ਲਈ ਸੋ ITT ਕਾਰਡਰ ਦੀਆਂ 5994 ਜਿਹੜੀਆਂ ਪੋਸਟਾਂ ਉਹ ਗਵਰਨਮੈਂਟ ਆਫ ਪੰਜਾਬ ਨੇ ਕੱਢੀਆਂ ਨੇ ਸੋ ਅਖੀਲੀ ਤਰੀਕ ਦਾਦਨੇ ਨੂੰ 10 11 2022 ਨੂੰ ਤੇ 14 ਅਕਤੂਬਰ ਤੋਂ ਇਹ ਸਾਮੀਆਂ ਜਿਹੜੀਆਂ ਉਹ ਸ਼ੁਰੂ ਹੋ ਜਾਣਗੀਆਂ ਭਰਨੀਆਂ ਸੋ ਇਹਦੇ ਬਾਰੇ ਜਾਣਕਾਰੀ ਲੈਣੇ ਆ ਸੋ ਵੇਖਾਂਗੇ ਕਿ ਕੀ ਕੈਟਾਗਰੀ ਵਾਈਜ਼ ਸਾਮੀਆਂ ਨੇ ਤੇ ਕੀ ਇਹਦੀਆਂ ਯੋਗਤਾਵਾਂ ਨੇ ਸੋ ਸਭ ਤੋਂ ਪਹਿਲਾਂ ਕੈਟਾਗਰੀ ਵਾਈਜ਼ ਤੁਹਾਡੀ ਸਕਰੀਨ ਦੇ ਸਾਹਮਣੇ ਹੈ ਸੋ ਇਹਦੇ ਵਿੱਚ ਜੇ ਪਹਿਲੀ ਕੈਟਾਗਰੀ ਗੱਲ ਕਰੀਏ ਜਨਰਲ ਦੀਆਂ 840 ਪੋਸਟਾਂ ਨੇ ਤੇ ਊਮਨ ਕੈਂਡੀਡੇਟ ਲਈ 330 ਉਹਦੇ ਵਿੱਚੋਂ ਤੇ ਗ੍ਰੈਂਡ ਟੋਟਲ 1170 ਸੋ ਵੱਖ-ਵੱਖ ਕੈਟਾਗਰੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਕੈਟਾਗਰੀਆਂ ਨੇ ਉਹ ਤੁਸੀਂ ਆਪਣੀ ਕੈਟਾਗਰੀ ਜਿਹੜੀ ਹੈ ਉਹ ਚ ਦੇਖ ਕੇ ਤੁਸੀਂ ਚੈੱਕ ਕਰ ਸਕਦੇ ਹੋ ਸੋ ਟੋਟਲ ਇਹਦੇ ਵਿੱਚੋਂ ਕੁਝ ਬੈਕਲੌਗ ਇਹ ਫਰੈਸ਼ ਰਿਕੁਇਰਿਸ਼ਨ ਦੀਆਂ 3000 ਨੇ ਤੇ ਕੁਝ ਬੈਕਲੌਗ ਜਿਹੜੀਆਂ ਹੈਗੀਆਂ ਨੇ ਉਹ 2994 ਤੇ ਟੋਟਲ ਜਿਹੜੀਆਂ 9594 ਇਹ ਆਪਣੇ ਕੋਲ ਪੋਸਟ ਆ ਜਾਂਦੀਆਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਕੁਆਲੀਫਿਕੇਸ਼ਨ ਦੀ ਕੀ ਹੋਏਗੀ ਸੋ ਕੁਆਲੀਫਿਕੇਸ਼ਨ ਜਿਹੜੀ ਹੈ ਜੋ ਰੂਲ ਪੰਜਾਬ 스테ਟ ਐਲੀਮੈਂਟਰੀ এডਿਕੇਸ਼ਨ ਸਰਵਿਸ ਰੂਲ 2018 ਦੇ ਅਕੋਰਡਿੰਗ ਉਹਦੇ ਅਕੋਰਡਿੰਗ ਇਹ ਜਿਹੜੀ ਹੈ ਕਹਿ ਲਓ ਕਿ ਕੁਆਲੀਫਿਕੇਸ਼ਨ ਰਿਕੁਆਇਰਡ ਹੈ ਸੋ ਸਭ ਤੋਂ ਪਹਿਲੀ ਹੈ ਜਿਹੜਾ ਕੈਂਡੀਡੇਟ ਹੋਏਗਾ ਉਹ ਗ੍ਰੈਜੂਏਸ਼ਨ ਚੋ ਮਿਨੀਮਮ ਜਿਹੜੇ ਆ 50% ਮਾਰਕਸ ਉਹਦੇ ਹੋਣੀ ਜ਼ਰੂਰੀ ਹੈ ਜਨਰਲ ਕੈਟੇਗਰੀ ਦੇ ਤੇ 40 5% ਮਾਰਕ ਜਿਹੜੇ ਉਹ SC ST OBC BC ਫਿਜ਼ੀਕਲ ਹੈਂਡੀਕੈਪ ਕੈਂਡੀਡੇਟ ਦੇ ਜਿਹੜੇ ਆ ਉਹ ਜ਼ਰੂਰੀ ਨੇ ਦੂਸਰੀ ਜਿਹੜੀ ਆਂਦੀ ਹੈ ਕਿ ਜਿਹੜਾ ਕੈਂਡੀਡੇਟ ਹੈ ਉਹ 2 ਸਾਲ ਦਾ ਐਲੀਮੈਂਟਰੀ ਟੀਚਿੰਗ ਟ੍ਰੇਨਿੰਗ ਕੋਰਸ ਉਹ ਦੇਖੋ ਹੋਣਾ ਚਾਹੀਦਾ ਜਾਂ ਦੇਖੋ 2 ਸਾਲ ਦਾ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਜਿਹੜਾ ਆ ਉਹ ਕਿਸੇ ਵੀ ਰੈਕਗਨਾਈਜ਼ਡ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ ਹੋਣਾ ਜ਼ਰੂਰੀ ਹੈ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਆ ਉਹ ਤੁਸੀਂ ਆਪਣਾ ਸੈਕਿੰਡ ਪੁਆਇੰਟ ਜਿਹੜਾ ਕਲੀਅਰ ਕਰ ਜਾਂਦੇ ਤੀਸਰਾ ਆ ਜਾਂਦਾ ਹੈ ਕੈਂਡੀਡੇਟ ਸ਼ੁੱਡ ਹੈਵ ਪਾਸਟ ਪੀਐਸ ਟੈਟ 1 ਸੋ ਟੈਟ ਦਾ ਜਿਹੜਾ 50 ਸਟੇਟ ਵੱਲੋਂ ਪੇਪਰ ਲਿਆ ਜਾਂਦਾ ਉਹ ਦਾ ਕਲੀਅਰ ਹੋਣਾ ਜ਼ਰੂਰੀ ਹੈ ਸੋ ਇਸੇ ਤਰੀਕੇ ਨਾਲ ਜਿਹੜੀ ਕੁਆਲਿਫੀਕੇਸ਼ਨ ਤੁਹਾਡੀ ਜੇ ਤਿੰਨੇ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਉਹਦੇ ਵਿੱਚ ਲਿਖਿਆ ਵੀ ਹੈ ਕਿ ਅਪਲਾਈ ਕਰਨ ਦੀ ਆਖਰੀ ਮਿਤੀ ਤੱਕ ਅਪਲੋਡਿੰਗ ਦੀਆਂ ਵਿੱਦਿਆਕਪ ਤੇ ਪ੍ਰੋਫੈਸ਼ਨਲ ਯੋਗਤਾਵਾਂ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਸੋ ਇਹ ਨਹੀਂ ਕਿ ਜੇ ਕੋਈ ਇੱਕੋ ਜੀ ਚੀਜ਼ ਤੁਹਾਡੀ ਰਹਿ ਨਹੀਂ ਤੁਸੀਂ ਅਪਲਾਈ ਨਹੀਂ ਕਰ ਸਕਦੇ ਹੁਣ ਚੋਣ ਦਾ ਡੰਗ ਯਾਨੀ ਕਿ ਪੈਟਰਨ ਆਫ ਪੇਪਰ ਸੋ ਇਹਨਾਂ ਅਸਾਮੀਆਂ ਲਈ ਜਿਹੜੀ ਭਰਤੀ ਹੈ ਉਹਦੇ ਵਿੱਚ ਇੱਕ ਸਟੇਟ ਲੈਵਲ ਦਾ ਇੱਕ ਟੈਸਟ ਰੱਖਿਆ ਜਾਏਗਾ ਜਿਹੜਾ ਕਿ 200 ਅੰਕਾਂ ਦਾ ਇੱਕ ਲਿਖਤੀ ਟੈਸਟ ਮਲਟੀਪਲ ਚੁਆਇਸ ਟਾਈਪ ਟੈਸਟ ਹੋਏ ਹੋਏਗਾ ਸੋ ਇਸੇ ਤਰੀਕੇ ਨਾਲ ਟੈਸਟ ਕਲੀਅਰ ਕਰਕੇ ਵੀ ਤੁਸੀਂ ਜਿਹੜਾ ਚੋਣ ਪੈਟਰਨ ਜਿਹੜਾ ਉਹ ਕਲੀਅਰ ਕਰ ਸਕਦੇ ਹੋ ਮੈਰਿਟ ਦੇ ਆਧਾਰ ਤੇ ਅਗਰ ਕਿਸੇ ਆ ਕੈਂਡੀਡੇਟ ਦੋ ਕੈਂਡੀਡੇਟ ਦੇ ਇੱਕੋ ਜਿਹੇ ਅੰਕ ਆਉਂਦੇ ਹਨ ਤੇ ਜਿਹੜਾ ਕੈਂਡੀਡੇਟ ਵੱਧ ਉਮਰ ਦਾ ਹੈਗਾ ਉਹਨੂੰ ਮੈਰਿਟ ਚ ਰੱਖਿਆ ਜਾਏਗਾ ਪੀਸਕਲ ਦੀ ਗੱਲ ਕਰ ਲੈਣੇ ਆ ਤਾਂ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਿਹੜਾ ਨੰਬਰ ਹੈ 13120225C7/2721102020 ਨੂੰ ਉਹਦੇ ਅਕੋਰਡਿੰਗ ਹੋਏਗਾ ਉਹ ਕੁਝ ਉਹਦਾ ਦੱਸਿਆ ਵੀ ਗਿਆ ਹੈ ਪੇ ਸਕੇਲ ਮੈਟ੍ਰਿਕਸ ਰੂਪੇ 29200 ਸੋ ਬਿਨਾ ਕਿਸੇ ਪੱਤੇ ਦੇ ਅਨਸਾਰ ਮਿਲਣ ਯੋਗ ਹੋਣਗੇ ਸੋ ਉਮਰ ਦੀ ਸੀਮਾ 18 ਤੋਂ 37 ਸਾਲ ਜਿਵੇਂ ਆਮ ਜੜੀਆਂ ਜਿੰਨੀਆਂ ਵੀ ਗਵਰਨਮੈਂਟ ਆਫ ਪੰਜਾਬ ਦੀਆਂ ਜੋਬਸ ਨੇ ਉਹਦੇ ਅਕੋਰਡਿੰਗ ਹੀ ਸਾਰੀ ਉਹ ਜੜੀ ਤੁਹਾਡੀ ਏਜ ਲਿਮਟ ਹੋਏਗੀ ਸੋ ਇਸ ਦੇ ਨਾਲ ਹੀ ਜੜੀਆਂ ਰਿਲੈਕਸੇਸ਼ਨ ਆ ਉਹਦੇ ਬਾਰੇ ਦੱਸਿਆ ਗਿਆ ਐ ਐਕਸ ਸਰਵਿਸਮੈਨ ਜਾਂ ਹੋਰ ਕੇ ਅ ਮੈਕਮੇਂਚੇ ਕੰਮ ਕਰਦੇ ਆ ਉਹ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਬਾਰੇ ਵੀ ਸਾਰੀ ਡਿਟੇਲ ਹਾਜ਼ਰ ਹੈ ਫੀਸ ਹੀ ਕਹ ਲਈਏ ਜਨਰਲ ਕੈਟੇਗਰੀ ਤੇ ਵਾਸੇ 1000 ਰੁਪਏ ਰਿਜ਼ਰਵ ਕੈਟੇਗਰੀ ਯਾਨੀ ਕਿ ਐਸਸੀ ਐਂਡ ਐਸਟੀ 500 ਰੁਪਏ ਤੇ ਐਕ ਸਰਵਿਸਮੈਨ ਹੈਗੇ ਰਿਜ਼ਰਵ ਕੈਟੇਗਰੀ ਤੇ 500 ਤੇ ਜਨਰਲ ਕੈਟੇਗਰੀ ਤੇ 1000 ਸੋ ਇਸ ਤਰੀਕੇ ਨਾਲ ਜਿਹੜੀ ਆ ਉਹ ਫੀਸ ਵੀ ਤੁਹਾਨੂੰ ਉਥੋਂ ਜਿਹੜੀ ਤੁਸੀਂ ਪੇ ਜਿਹੜੀ ਕਰੋਗੇ ਉਹ ਅਪਲਾਈ ਕਰਕੇ ਅਗਲੇ ਸਟੈਪ ਤੇ ਜਹੀ ਚਲੇ ਜਾਓਗੇ ਕੁਝ ਹੋਰ ਪੁਆਇੰਟਸ ਇਸ ਨੋਟੀਫਿਕੇਸ਼ਨ ਚ ਹੈ ਸੋ ਇਹਦਾ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਚ ਦੇ ਦਾਂਗਾ ਸੋ ਲਿੰਕ ਤੇ ਜਾ ਕੇ ਤੁਸੀਂ ਇਹ ਡਾਊਨਲੋਡ ਪੂਰਾ ਜਿਹੜਾ ਨੋਟੀਫਿਕੇਸ਼ਨ ਕਰ ਸਕਦੇ ਹੋ ਤੇ ਸਾਰੇ ਡਿਟੇਲ ਚ ਨੋਟੀਫਿਕੇਸ਼ਨ ਨੂੰ ਜਿਹੜਾ ਉਹ ਸਟੱਡੀ ਕਰ ਸਕਦੇ ਹੋ ਸੋ ਕਾਫੀ ਪੁਆਇੰਟਸ ਜਿਹੜੇ ਚ ਮੈਂਸ਼ਨ ਨੇ ਸੋ ਕੋਈ ਹੋਰ ਜੜੀ ਇਹਦੇ ਵਿੱਚ ਹਾਂਜੀ ਔਨਲਾਈਨ ਪ੍ਰੋਸੈਸ ਜਿਹੜਾ ਹੈ 14 ਅਕਤੂਬਰ 2022 ਨੂੰ ਨਾਲ ਲਿਖਿਆ ਹੈ ਤੇ ਵੈਬਸਾਈਟ ਹੈ www.educationrecruitmentboard.com ਸੋ ਇਸ ਵੈਬਸਾਈਟ ਤੇ ਜਾ ਕੇ ਇਹ ਮੈਂ ਲਿੰਕ ਤੁਹਾਨੂੰ ਆਪਣਾ ਡਿਸਕ੍ਰਿਪਸ਼ਨ ਤੇ ਦੇ ਦੇਵਾਂਗਾ ਸੋ ਅਪਲਾਈ ਕਿੱਦਾਂ ਕਰਨਾ ਇਹ ਵੀ ਦੱਸਿਆ ਗਿਆ ਸੋ ਪਹਿਲਾਂ ਰਜਿਸਟ੍ਰੇਸ਼ਨ ਹੈ ਜਾਂ ਐਪਲੀਕੇਸ਼ਨ ਫੀਸ ਹੈ ਫਿਰ ਉਸ ਤੋਂ ਬਾਅਦ ਅਪਲਾਈ ਕਰਕੇ ਜਿਹੜਾ ਵੀ ਸਮੂਹ ਦੇ ਵਿੱਚ ਸਾਡੀ ਫੋਟੋ ਸਿਗਨੇਚਰ ਅਪਲੋਡ ਕਰਕੇ ਫਾਈਨਲ ਅਪਲੋਡ ਕਰ ਸਕਦੇ ਹੋ ਠੀਕ ਹੈ ਜੀ ਸੋ ਇਹ ਸੀਗੀ ਨੋਟੀਫਿਕੇਸ਼ਨ ਈਟੀਡੀ ਕਾਡਰ ਪ੍ਰਾਇਮਰੀ ਟੀਚਰ ਦੀਆਂ ਸੋ ਹੋਰ ਵੀ ਕੋਈ ਤੁਹਾਨੂੰ ਡਾਊਟ ਹੈ ਕਮੈਂਟ ਬਾਕਸ ਵਿੱਚ ਤੁਸੀਂ ਲਿਖ ਸਕਦੇ ਹੋ ਸੋ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਫਰੈਂਡਸ ਦੇ ਨਾਲ ਥੈਂਕ ਯੂ ਵੈਰੀ ਮੱਚ